ਪਏ 3 ਮਰਲੇ ਲਏ ਅਸੀਂ ਥਾਂ ਦੇ ਉਸ ਤੋਂ ਦੁਬਾਰਾ 3 ਬਾਅਦ ਮਰਲੇ ਹੋ ਗਏ ਹਾਂ ਦੁਬਾਰੇ ਤੇ ਅਸੀਂ 8 ਮਰਲੇ ਕਰਾ ਲਏ ਜੀ ਠੀਕ ਹੈ ਜਿਹੜੇ ਜੀ ਅਸੀਂ ਉਹ ਪੈਸੇ ਦਿੱਤੇ 2 ਸਾਲ ਲੱਗਿਆ ਰਿਹਾ ਮੇਰਾ ਬੰਦਾ ਤੇ ਉਹ ਜਿਹੜੇ 8 ਮਰਲੇ ਲਏ ਆ ਹੁਣ ਜੀ ਉਹ ਮੁਕਰਨ ਤੇ ਹੋਇਆ ਖੜਾ ਆ ਮਕਾਨ ਸਾਡਾ ਜੀ ਸਾਰਾ ਜਗ੍ਹਾ ਸਾਰੀ ਸਾਰੀ ਟਰੈਕਟਰ ਨਾਲ ਕੱਲ ਭੰਨ ਗਿਆ ਹੈ ਢਾਇਆ ਜੀ ਸਾਥ ਦਮਾਰੇ ਪੈਸੇ ਮੰਗ ਰਿਹਾ ਧਮਕੀ ਦੇ ਕੇ ਬੰਦੇ ਲਿਆ ਕੇ ਫਾਲਤੂ ਲਿਆ ਕੇ ਇੱਥੇ ਸਾਨੂੰ ਲੜਾਈ ਕਰਦਾ ਸਾਡੇ ਨਾਲ ਆ ਕੇ ਸਾਨੂੰ ਕੁੱਟਮਾਰ ਕਰਦਾ ਹੁਣ ਅਸੀਂ ਇਸ ਟਾਈਮ ਅਸੀਂ ਇਹ ਆਪਦੇ ਭਰਾ ਦੀ ਸਪੋਰਟ ਆ ਹੁਣ ਕਰਦੇ ਖੁਦ ਤੇ ਹੁਣ ਅਸੀਂ ਇਸ ਥਾਂ ਦਾ ਖੁਦ ਆਪ ਕਬਜ਼ਾ ਲਵਾਂਗੇ ਵੀ ਸਾਡੇ ਜਦੋਂ 25 ਸਾਲ ਦਾ ਸੀ ਰੁਪਈਏ ਭਰੀ ਬੈਠਾ ਸਾਡਾ ਭਰਾ ਲਿਆਇਆ ਨਸ਼ੇ ਪੱਤੇ ਵਾਲੇ ਜਾ ਕੇ ਕਾਰ ਲਿਆਉਂਦਾ ਕਿਤੇ ਭਰ ਕੇ ਕੱਲ੍ਹ 3 ਵਾਰੀ ਆਇਆ ਜੀ ਹੜ ਲਾ ਗਿਆ ਇੱਥੇ ਫਿਰ ਮੁੰਡਾ ਘਰ ਦਿੱਤਾ ਜੀ ਪਹਿਲਾਂ ਕਾਰਟ ਪਾਈ ਇੱਥੋਂ ਨਹੀਂ ਬੰਦਿਆਂ ਦੀ ਭਰੀ ਅਤੇ ਮੁੜ ਕੇ ਆ ਕੇ ਜੀ ਹਲਾਂ ਨਾਲ ਹਲ ਪਾਏ ਸੀਗੇ ਟਰੈਕਟ ਮਗਰ ਅਤੇ ਮੇਰਾ ਘਰ ਸਾਰਾ ਢਾਉਣ ਲੱਗ ਗਿਆ ਸਾਨੂੰ ਕਿਹਾ ਸੀ 4000 ਦੇ ਹਿਸਾਬ ਨਾਲ ਮਰਲਾ ਕਰਿਆ ਸੀ ਸਾਡੇ ਨਾਲ ਅਤੇ ਵੀ 5 ਮਰਲਿਆਂ ਦੇ ਅਸੀਂ 8 ਦੇ ਪੈਸੇ ਦੇ ਸਾਰੇ ਦੇ ਦਿੱਤੇ ਮੈਂ ਕਲੀਅਰ ਉਹਨੂੰ ਕਰਦੇ ਸੀ ਸੀਡੀ ਲੱਗਿਆ ਸੀ ਉਹਦੇ ਨਾਲ 2 ਸਾਲ ਲੱਗੇ ਰਿਹਾ ਸੀਰ ਦੇ ਵਿੱਚ ਪੈਸੇ ਦਿੱਤੇ ਕੰਮ 'ਚ ਸਾਰੇ ਲਵਾ ਦੇ ਨੂੰ ਇੱਦਾਂ ਤਾਂ ਨਹੀਂ ਅਸੀਂ ਮਰੇ ਚੰਗੇ ਤਾਂ ਨਹੀਂ ਸਾਡਾ ਹੱਲ ਹੋਣਾ ਚਾਹੀਦਾ ਜੀ ਸਾਨੂੰ ਜੀ ਪੂਰਾ ਧੜਕਾ ਸਾਨੂੰ ਵੱਢਣ ਆ ਜਾਂਦੇ ਜਦੋਂ ਕਿਤੇ ਧਮਕੀਆਂ ਦੇ ਕੇ ਜਾਂਦੇ ਗਾਲਾਂ ਮੰਦੇ ਦੇ ਕੇ ਜਾਂਦੇ ਸਾਨੂੰ ਇਹੋ ਜਿਹੀਆਂ ਗਾਲਾਂ ਬੋਲਦੇ ਜੀ ਸਾਨੂੰ ਜਿਹੜੇ ਕਿ ਚੱਲ ਸੁਣਨਾ ਨਾ ਜਾਣ ਇੱਥੇ ਆ ਕੇ ਪਤਾ ਕੀ ਨਾ ਜੀ ਕਰਮਜੀਤ ਜੀ ਕੀ ਘਟਨਾ ਹੋਈ ਹੈ ਕਿਵੇਂ ਹੋਈ ਹੈ ਜੇ ਸਾਡੇ ਥਾਂ ਤੇ ਹੋਈ ਆ ਜੀ ਕੀ ਘਟਨਾ ਹੋਈ ਆ ਤੇ ਥਾਂ ਤੋਂ ਜੀ ਰੌਲਾ ਪੈਂਦਾ ਰਹਿੰਦਾ ਸਾਡਾ ਵੀ ਅਸੀਂ ਨਾ 30 ਵਾਰੇ ਹੋ ਗਏ ਥਾਂ ਲੈ ਨੂੰ ਇੱਥੇ ਕਿੱਥੋਂ ਲਏ ਕਿਹਦੇ ਕਿਹੜੇ ਬੰਦੇ ਤੋਂ ਲਈ ਆ ਅਸੀਂ ਕੁਲਵੀਰ ਸਿੰਘ ਤੋਂ ਜੀ ਅੱਛਾ ਕੁਲਵੀਰ ਸਿੰਘ ਤੋਂ ਲਏ ਜੀ 5 ਮਰਲੇ ਅਸੀਂ ਉਹ ਤੋਂ ਥਾਂ ਪਹਿਲਾਂ ਸੀ ਉੱਥੋਂ ਆਪਦਾ ਪਿੰਡ ਵਾਲਾ ਥਾਂ ਵੇਚ ਕੇ ਅਸੀਂ ਤੇ ਅਸੀਂ ਉਹ ਪੈਸੇ ਤਾਰੇ ਵੀ ਆ ਇਹਨੂੰ ਫੇਰ ਜੀ ਮੇਰਾ ਬੰਦਾ 2 ਸਾਲ ਲੱਗਿਆ ਰਿਹਾ ਉਹਨਾਂ ਦੇ ਤੇ ਅਸੀਂ ਦੋ ਅਸੀਂ ਪਏ 3 ਮਰਲੇ ਲਏ ਅਸੀਂ ਥਾਂ ਦੇ ਉਸ ਤੋਂ ਬਾਅਦ ਹਾਂ ਦੁਬਾਰੇ ਤੇ ਅਸੀਂ 8 ਮਰਲੇ ਕਰਾ ਲਏ ਜੀ ਜਿਹੜੇ ਜੀ ਅਸੀਂ ਉਹ ਪੈਸੇ ਦਿੱਤੇ 2 ਸਾਲ ਲੱਗਿਆ ਰਿਹਾ ਮੇਰਾ ਬੰਦਾ ਤੇ ਉਹ ਜਿਹੜੇ 8 ਮਰਲੇ ਲਏ ਆ ਹੁਣ ਜੀ ਉਹ ਮੁਕਰਨ ਤੇ ਹੋਇਆ ਖੜਾ ਕਹਿ ਦਿੰਦਾ ਜੀ ਮੈਨੂੰ ਦਿੱਤੇ ਹੀ ਨਹੀਂ ਕਹਿ ਦਿੰਦਾ ਫਿਰ ਅਸੀਂ ਜੀ ਅਸੀਂ ਜਦੋਂ ਥਾਂ ਲੈ ਕੇ ਤੇ ਜਦੋਂ ਅਸੀਂ ਪੈਸੇ ਵੀ ਸਾਰੇ ਤਾਰਤੇ ਅਸੀਂ ਸਾਨੂੰ ਕਹਿ ਦਿੰਦਾ ਵੀ ਰਜਿਸਟਰੀ ਕਰਾ ਦੇ ਅਸੀਂ ਜੇ ਆਏ ਹਾਂ ਤਾਂ ਵੀ ਰਜਿਸਟਰੀ ਕਰਾ ਦੇ ਕਹਿ ਦਿੰਦਾ ਸੀ ਕੋਈ ਨਹੀਂ ਕਰਾ ਦੂੰਗਾ ਮੇਰੀ ਪੈਲੀ ਗਹਿਣੇ ਪਈ ਆ ਕੋਈ ਨਹੀਂ ਕਰਾ ਦੂੰਗਾ ਮੇਰੀ ਪੈਲੀ ਗਹਿਣੇ ਪਈ ਆ ਸਾਨੂੰ 30 ਵਰੇ ਹੋ ਗਏ ਜੀ ਇੱਥੇ ਆਏ ਤੇ 20 ਵਰੇ ਹੋ ਗਏ ਸਾਨੂੰ ਇਹਦੇ ਮਗਰ ਫਿਰਦਿਆਂ ਨੂੰ ਸਾਨੂੰ ਮਿੰਨਤਾਂ ਕਰਦਿਆਂ ਨੂੰ ਤੇ ਜੀ ਮੇਰੇ ਮੁੰਡੇ ਅੱਗੇ ਮੇਰੇ ਜਵਾਕ ਇੱਥੇ ਆ ਕੇ ਇਹ ਜਨਮ ਹੋਏ ਇਹਨਾਂ ਦੇ ਹੁਣ ਗੱਭਰੂ ਹੋ ਗਏ ਅਸੀਂ ਘਰ ਬਾਰ ਵੀ ਪਾਉਣਾ ਆਪਦਾ ਅਸੀਂ ਇੱਥੇ ਆਪਦੇ ਬੱਚੇ ਵਿਆਹੁਣੇ ਵੀ ਆ ਹੁਣ ਜੀ ਸਾਡੇ ਪੈਰ ਹੀ ਲੱਗਣ ਨਹੀਂ ਤਾਂ ਕਿਤੇ ਕੋਈ ਲਿਆਇਆ ਨਸ਼ੇ ਪੱਤੇ ਵਾਲੇ ਜਾ ਕੇ ਕਾਰ ਲਿਆਉਂਦਾ ਕਿਤੇ ਭਰ ਕੇ ਕੱਲ੍ਹ 3 ਵਾਰੀ ਆਇਆ ਜੀ ਹੜ ਲਾ ਗਿਆ ਇੱਥੇ ਫਿਰ ਮੁੰਡਾ ਘਰ ਦਿੱਤਾ ਜੀ ਪਹਿਲਾਂ ਕਾਰਟ ਪਾਈ ਇੱਥੋਂ ਨਹੀਂ ਬੰਦਿਆਂ ਦੀ ਭਰੀ ਫਿਰ ਮੁੰਡਿਆਂ ਨੂੰ ਟਪਾ ਕੇ ਵੀ ਇਹ ਬੋਲਣਗੇ ਅਸੀਂ ਜੀ ਮੈਂ ਆਪਣੇ ਮੁੰਡੇ ਨਹੀਂ ਬੋਲਣ ਦਿੱਤੇ ਗਏ ਅਸੀਂ ਰੋਟੀਆਂ ਪਕਾਈ ਜਾਂਦੀਆਂ ਸੀ ਅਤੇ ਮੁੜ ਕੇ ਆ ਕੇ ਜੀ ਹਲਾਂ ਨਾਲ ਹਲ ਪਾਏ ਸੀਗੇ ਟਰੈਕਟ ਮਗਰ ਅਤੇ ਮੇਰਾ ਘਰ ਸਾਰਾ ਢਾਉਣ ਲੱਗ ਗਿਆ ਕੋਈ ਦਰਖਾਸਤ ਪੁਲਿਸ ਨੂੰ ਦਿੱਤੀ ਹੋਵੇ ਹਾਂ ਜੀ ਦਿੱਤੀ ਆ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਹਾਂ ਜੀ ਉਹ ਆਨੇ ਕਰਾਂਗੇ ਆਨੇ ਲਾਜ਼ਮੀਆਂ ਨੇ ਹੁਣ ਹੀ ਆਈ ਸੀ ਪੁਲਿਸ ਅਤੇ ਇੱਕ ਮੇਰੀ ਗਊ ਸੀਗੀ ਇੱਥੇ ਖੜ੍ਹੀ ਸੀਗੀ ਅਸੀਂ ਖਿੱਚ ਕੇ ਮਾਸਾ ਗਾਂ ਖਿੱਚ ਕੇ ਕੱਢੀ ਆ ਜੀ ਵਿੱਚੋਂ ਅਸੀਂ ਹੈਂ ਅਤੇ ਮੇਰੇ ਭੈਣਾਂ ਰੋਟੀਆਂ ਪਕਾਈ ਜਾਂਦੀਆਂ ਸੀ ਉੱਤੇ ਇਹਨੇ ਜਦੋਂ ਆਏ ਵਾਹੁਣ ਲੱਗ ਗਿਆ ਉੱਤੇ ਜੇ ਜਦੋਂ ਕੰਧਾਂ ਡਿੱਗ ਪਈਆਂ ਤਾਂ ਦਾਦਾ ਮੇਰੀਆਂ ਭੈਣਾਂ ਉੱਠ ਖੜੀਆਂ ਵਿਚਾਰੀਆਂ ਨੇ ਕਿਸੇ ਦੇ ਪੈਰ ਤੇ ਇੱਟਾਂ ਵੱਜੀਆਂ ਅਤੇ ਆਵੇ ਜੀ ਕੱਲ੍ਹ ਮੈਂ ਮੁੰਡਾ ਨੂੰ ਫੜਦੀ ਮੇਰੇ ਕੱਲ੍ਹ ਮੈਂ ਡਿੱਗ ਪਈ ਅਤੇ ਆਏ ਕਿ ਘੁੰਮਦਾ ਫਿਰਿਆ ਇੱਥੇ ਖਰਪਾਨਾ ਘਾਈ ਗਿਆ ਇੱਥੇ ਤਾਂ ਮੈਂ ਆਪਦੇ ਮੁੰਡਿਆਂ ਨੂੰ ਅੰਦਰ ਲੈ ਕੇ ਖਿੱਚ ਕੇ ਜਦੋਂ ਮੇਰੇ ਬੱਚੇ ਸੀਗੇ ਆਂਢ ਗੁਆਂਢ ਸੀ ਜੀ ਸਾਡੀ ਉਹਨਾਂ ਨੇ ਮਦਦ ਕੀਤੀ ਇੱਥੇ ਤਾਂ ਹੁਣ ਜੀ ਸਾਡਾ ਕੋਈ ਆਹੀ ਆ ਵੀ ਇੱਦਾਂ ਤਾਂ ਨਹੀਂ ਅਸੀਂ ਮਰੇ ਚੰਗੇ ਤਾਂ ਨਹੀਂ ਸਾਡਾ ਹੱਲ ਹੋਣਾ ਚਾਹੀਦਾ ਜੀ
ਸਾਨੂੰ ਜੀ ਪੂਰਾ ਧੜਕਾ ਸਾਨੂੰ ਵੱਢਣ ਆ ਜਾਂਦੇ ਜਦੋਂ ਕਿਤੇ ਧਮਕੀਆਂ ਦੇ ਕੇ ਜਾਂਦੇ ਗਾਲਾਂ ਮੰਦੇ ਦੇ ਕੇ ਜਾਂਦੇ ਸਾਨੂੰ ਇਹੋ ਜਿਹੀਆਂ ਗਾਲਾਂ ਬੋਲਦੇ ਜੀ ਸਾਨੂੰ ਜਾਣ ਕੇ ਚੱਲ ਸੁਣੀਆਂ ਨਾ ਜਾਣ ਇੱਥੇ ਆ ਕੇ ਕੀ ਨਾਮ ਬਾਈ ਜੀ ਤੁਹਾਡਾ ਰਾਜ ਸਿੰਘ ਜੀ ਕੀ ਮਾਮਲਾ ਜਿਹੜਾ ਤੁਹਾਡਾ ਤੂੰ ਰੌਲਾ ਪਿਆ ਵੀ ਘਰ ਢਾ ਗਿਆ ਸਾਡਾ ਕੀ ਚੱਕਰ ਹੈ ਚੱਕਰ ਜੀ ਅਸੀਂ ਸਾਨੂੰ 30 ਸਾਲ ਹੋ ਗਏ ਇੱਥੇ ਬੈਠੇ ਨੂੰ ਪੈਸੇ ਦੇਈ ਬੈਠੇ ਹਾਂ ਥਾਂ ਉਹਦਾ ਫਲੱਜ ਸੀ ਸਾਨੂੰ ਆਉਂਦਾ ਜੀ ਅਸੀਂ ਰਜਿਸਟਰੀ ਕਰਿਆ ਆਉਂਦੇ ਸੀ ਉਹਦਾ ਸਮੇਂ ਰਜਿਸਟਰੀ ਕਰਾ ਆਉਂਦਾ ਮੈਂ ਪੈਸੇ ਭਰ ਕੇ ਫੇਰ ਕਰਾਊਂਗਾ ਸਾਨੂੰ ਕੋਈ ਰਜਿਸਟਰੀ ਨਹੀਂ ਕਰਾਈ ਸਾਡਾ ਕਿਹਦੇ ਤੋਂ ਤੁਸੀਂ ਥਾਂ ਲਈ ਸੀ ਕਿੰਨਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ 30 ਸਾਲ ਹੋ ਗਏ ਪਿੰਡ ਦਾ ਹੀ ਹੈ ਜਾਂ ਪਿੰਡ ਤੋਂ ਬਾਹਰ ਦਾ ਬਾਹਰ ਦਾ ਜੀ ਰਹਿੰਦਾ ਪਿੰਡ ਹੀ ਹੈ ਸਾਡੇ ਇੱਥੇ ਕੀ ਨਾਮ ਉਹਦਾ ਕੁਲਵੀਰ ਸਿੰਘ ਕਿੱਥੋਂ ਦਾ ਬਾਹਰ ਦਾ ਉਹ ਹੈ ਜੀ ਪੰਨੀ ਵਾਲਾ ਪਿੱਛਾ ਦਾ ਅੱਛਾ 35-40 ਸਾਲ ਹੋ ਗਏ ਜੀ 30 ਸਾਲ ਤਾਂ ਸਾਨੂੰ ਹੋ ਗਏ ਇੱਥੇ ਥਾਂ ਲਈ ਨੂੰ ਜਗ੍ਹਾ ਲਈ ਨੂੰ ਕਿੰਨੀ ਜਗ੍ਹਾ ਲਈ ਸੀ 8 ਮਰਲੇ 8 ਮਰਲੇ ਹਾਂਜੀ ਕੀ ਕਿਹਾ ਸੀ ਉਸਨੇ ਜਦੋਂ ਜਗ੍ਹਾ ਵੇਚੀ ਸੀ ਤੁਹਾਨੂੰ ਸਾਨੂੰ ਕਿਹਾ ਸੀ 4000 ਦੇ ਹਿਸਾਬ ਨਾਲ ਮਰਲਾ ਕਰਿਆ ਸੀ ਸਾਡੇ ਨਾਲ ਅਤੇ ਵੀ 5 ਮਰਲਿਆਂ ਦੇ ਅਸੀਂ 8 ਦੇ ਪੈਸੇ ਦੇ ਦਿੱਤੇ ਸਾਰੇ ਹੀ ਦੇ ਦਿੱਤੇ ਮੈਂ ਕਲੀਅਰ ਉਹਨੂੰ ਕਰਤੇ ਸੀ ਸੀਡੀ ਲੱਗਿਆ ਸੀ ਉਹਦੇ ਨਾਲ 2 ਸਾਲ ਲੱਗੇ ਰਹਿ ਸੀਰ ਦੇ ਵਿੱਚ ਪੈਸੇ ਦਿੱਤੇ ਕੰਮ 'ਚ ਸਾਰੇ ਲਵਾ ਦੇ ਨੂੰ ਜਦੋਂ ਤੁਸੀਂ ਲਿਆ ਉਦੋਂ ਕੋਈ ਕੋਈ ਪਿੰਡ ਦਾ ਬੰਦਾ ਮੋਹਤਬਰ ਬੰਦਰ ਸੀਗਾ ਮੈਂਬਰ ਹਾਂ ਮੋਹਰਾ ਸਿੰਘ ਮੈਂਬਰ ਸੀ ਜੀ ਉਸੇ ਨੇ ਮਿਹਨਤ ਕਰਾਈ ਹੈ ਨਾਲ ਆਪ ਕਰਕੇ ਮਿਹਨਤੀ ਕਰਕੇ ਗਿਆ ਹੁਣ ਕੀ ਕਾਰਨ ਚੱਕਰ ਕੀ ਹੋਇਆ ਜਿਹੜਾ ਤੁਹਾਡਾ ਘਰ ਬੰਦੇ ਨੇ ਢਾਇਆ ਕਿਵੇਂ ਹੈ ਢਾਇਆ ਜੀ ਸਾਥ ਦਮਾਰੇ ਪੈਸੇ ਮੰਗ ਰਿਹਾ ਧਮਕੀ ਦੇ ਕੇ ਬੰਦੇ ਲਿਆ ਕੇ ਫਾਲਤੂ ਲਿਆ ਕੇ ਇੱਥੇ ਸਾਨੂੰ ਲੜਾਈ ਕਰਦਾ ਸਾਡੇ ਨਾਲ ਆ ਕੇ ਸਾਨੂੰ ਕੁੱਟਮਾਰ ਕਰਦਾ ਕੁੱਟਮਾਰ ਕਰਦਾ ਹਾਂ ਮਕਾਨ ਸਾਡਾ ਜੀ ਸਾਰਾ ਜਗ੍ਹਾ ਸਾਰੀ ਸਾਰੀ ਟਰੈਕਟਰ ਨਾਲ ਕੱਲ ਭੰਨ ਗਿਆ ਇਹ ਕੀ ਬਣਿਆ ਕੀ ਹੋਇਆ ਸੀ ਜਿਹੜਾ ਜਿਹੜੀ ਤੁਹਾਡੀ ਢਾਈ ਗਈ ਹੈ ਇਹ 'ਚ ਸਰਕਾਰੀ ਫਲੱਸ ਬਣੀ ਸੀ ਜੀ ਨਾਲ ਨਹਾਉਣ ਵਾਲਾ ਸੀ ਅੱਗੇ ਕਮਰਾ ਸੀ ਸਾਡਾ ਜੀ ਸੀ ਕੱਚਾ ਹੀ ਸੀ ਉਹਦੇ 'ਚ ਸਮਾਨ ਪਿਆ ਸਾਡਾ ਜੋੜੀਆਂ ਸੀ ਉਹ ਅੰਗਰੇਜ਼ੀ ਉਹ ਭੰਨਤੀਆਂ ਨਾਲ ਚੌਂਕਾ ਚੁੱਲ੍ਹਾ ਬਣਿਆ ਸੀ ਜੀ ਕੀ ਮੰਗ ਆ ਤੁਹਾਡੀ ਕੋਈ ਇਸ ਬਾਰੇ ਪੁਲਿਸ ਨੂੰ ਕੋਈ ਦਰਖਾਸਤ ਵਗੈਰਾ ਦਿੱਤੀ ਆ ਜੀ ਮੰਗ ਕੀ ਹੈ ਹੁਣ ਸਾਡੀ ਮੰਗ ਇਹ ਸਾਡਾ ਵੀ ਸਾਡੇ ਉਲਟੇ ਸਾਥ ਨੂੰ ਮੰਗਦਾ ਮੰਗ ਕਾਹਦੀ ਸਾਡੇ ਸਾਰਾ ਨੁਕਸਾਨ ਆ ਜਿਹੜਾ ਅਸੀਂ ਪੂਰਾ ਅਸਰ ਜਗ੍ਹਾ ਕਰਦੇ ਪੂਰੀ ਨੁਕਸਾਨ ਦੇ ਪੈਸੇ ਸਾਡੇ ਨੁਕਸਾਨ ਦੇ ਪੈਸੇ ਦੇ ਪਹਿਲਾਂ ਵੀ ਕਦੇ ਇੱਦਾਂ ਹੋਇਆ ਉਹਦੇ ਨਾਲ ਹਾਂਜੀ ਚੌਥਾ ਹਿੱਲਾ ਹੋ ਗਿਆ ਸਾਡੇ ਹੁਣ ਇਹ ਸਮੱਸਿਆ ਸਾਡਾ ਭਰਾ ਘੱਟੋ ਘੱਟ 25-26 ਸਾਲ ਤੋਂ 30 ਸਾਲ ਤੋਂ ਬੈਠਾ ਜੀ ਇੱਥੇ ਘਰ ਬਾਰ ਪਾਇਆ ਨਿੱਕੇ ਨਿੱਕੇ ਜਵਾਕ ਪਾਲੇ ਨੇ ਇੱਥੇ ਆ ਕੇ ਉਹਦੇ ਕੰਮ ਕਾਰ ਕਰਦਾ ਜੀ ਰੁਪਈਏ ਦੇਈ ਬੈਠਾ ਉਹ ਉਸ ਬੰਦੇ ਨੂੰ ਜ਼ਮੀਨ ਇਹ ਜਿਹੜੀ ਆਹ ਜਿਹੜੀ ਰੌਲਾ ਪਾਉਂਦਾ ਸਾਰੀ ਪਲਾਜਾ ਜੀ ਉਹ ਹੈਂ ਇਸ ਬੰਦੇ ਦੇ ਜਿਹੜਾ ਬੰਦਾ ਆ ਕੇ ਬਾਹਰੋਂ ਆਇਆ ਕੱਢਿਆ ਵੱਢਿਆ ਇਹਦੇ ਘੱਟੋ ਘੱਟ 15-16 ਪਰਚੇ ਵੀ ਹੋਣਗੇ ਹੋ ਸਕਦਾ ਉਹਦੇ ਮੁੰਡਿਆਂ 'ਤੇ ਵੀ ਹੋਣਗੇ ਇਸ ਬੰਦੇ ਦੇ ਅਤੇ ਇਸ ਬੰਦੇ ਨੇ ਸਾਡੇ ਬੰਦੇ ਦੇ ਉਹਨੂੰ ਐਂ ਸੋਚਿਆ ਉਹਨੇ ਵੀ ਇਹਦੇ ਭਰਾ ਇਹਦੇ ਨਾਲ ਸਹਿਮਤ ਨਹੀਂ ਇੰਨਾ ਉਹਨੇ ਪਹਿਲਾਂ ਉਹਨੇ ਉਸ ਕੋਈ ਬਾਥਰੂਮ ਲੈਟਰਿੰਗ ਬਣਾਇਆ ਸੀ ਉਦੋਂ ਢਾ ਗਏ ਫਿਰ ਕੁਛ ਹੋਰ ਢਾ ਗਏ ਹੁਣ ਦੇਖੋ ਜੀ ਤੁਸੀਂ ਉਸ ਬੰਦੇ ਦਾ ਇੰਨਾ ਨੁਕਸਾਨ ਕਰ ਗਏ ਉਹਨੂੰ ਘਰ 'ਚ ਬੈਠਣਾ ਮਨਜ਼ੂਰ ਨਹੀਂ ਉਹਨੂੰ ਵੇਖ ਲੋਕਡਾਊਨ ਦੇ ਵਿੱਚ ਉਹਦਾ ਕੰਮ ਨਹੀਂ ਚੱਲਿਆ ਅਤੇ ਉਹਨੂੰ ਘਰੋਂ ਕੱਢਣ ਤੱਕ ਇਹ ਬੰਦਾ ਮਜਬੂਰ ਹੋ ਗਿਆ ਕੀ ਨਾਮ ਬੰਦੇ ਦਾ ਜਿਹੜਾ ਕੁਲਵੀਰ ਸਿੰਘ ਹੈਗਾ ਜੀ ਉਹ ਕੁਲਵੀਰ ਖੁੰਡਾ ਵਾਲਾ ਕਹਿੰਦੇ ਆ ਪਹਿਲਾਂ ਉਹ ਬਲੈਕ ਬਲੂਕ ਬਹੁਤ ਕਰਦਾ ਚੋਰੀ ਦੇ ਪਰਚੇ ਪੁਰਚੇ ਉਹਦੇ 'ਤੇ ਪੋਸਟ ਪਾਸ ਦੇ ਪਹਿਲਾਂ ਜਦੋਂ ਆਇਆ ਸੀ ਉਦੋਂ ਵੀ ਪਰਚੇ ਪੁਰਚੇ ਪਏ ਆ ਬਹੁਤ ਬੰਦਾ ਬੇਕਾਰ ਬੰਦਾ ਇਹੋ ਜਿਹਾ ਉਹਦੀ ਜ਼ਮੀਨ ਦਾ ਰੌਲਾ ਸੀ ਜੇ ਉਹ ਇਹੋ ਜਿਹਾ ਬੰਦਾ ਹੁੰਦਾ ਤਾਂ ਆਪਦੀ ਜ਼ਮੀਨ ਨਾ ਛੜਾ ਸਕਦਾ ਜੀ ਉਹਦਾ ਉਹ ਜਦੋਂ ਜ਼ਮੀਨ ਦਾ ਰੌਲਾ ਪਿਆ ਉਸ ਬੰਦੇ ਨਾਲ ਤਾਂ ਉਹ ਬੰਦਿਆਂ ਨੇ ਕਿਹਾ ਵੀ ਚੱਲ ਅਸੀਂ 6 ਕਿੱਲੇ ਆ ਤੈਨੂੰ 3-3 ਕਿੱਲੇ ਕਰ ਲੈਂਦੇ ਹਾਂ ਫਿਰ ਵੀ ਉਸ ਬੰਦੇ ਮੰਨਿਆ ਨਹੀਂ ਗਾ ਉਹ ਦੱਸੋ ਉਹ ਬੰਦਾ ਅੱਜ ਇਸ ਟਾਈਮ ਨੰਗ ਬੰਦਾ ਇਹੋ ਸ਼ਾਸਤ ਬੰਦਾ ਉਹ ਸ਼ਾਸਤੀ ਉਹਦੇ ਘੱਟੋ ਘੱਟ ਕੇਸ ਚੱਲਦੇ ਆ ਸ਼ਾਸਤਾਂ ਦੇ ਵਿੱਚ ਇਹੋ ਜਿਹਾ ਕੰਮ ਕਰਦਾ ਜੀ ਪਹਿਲਾਂ ਇਸ ਥਾਂ ਨੂੰ ਲੈ ਕੇ ਕੋਈ ਲੜਾਈ ਝਗੜਾ ਹੋਇਆ ਲੜਾਈ ਝਗੜਾ ਜੀ ਪਹਿਲਾਂ ਕੁਛ ਲੜਾਈ ਝਗੜਾ ਨਹੀਂ ਇਹ ਜਵਾਕ ਚੱਲੇ ਛੋਟੇ ਜਵਾਕ ਆ ਇਹਨਾਂ ਨੂੰ ਊਂ ਦਬਾਅ ਪਾ ਕੇ ਕਹਿ ਦਿੰਦਾ ਸੀਗਾ ਜੇ ਕੋਈ ਮਿਸਤਰੀ ਆਉਂਦੇ ਉੱਥੇ ਜਾ ਕੇ ਉਹਨੂੰ ਕੁੱਟਮਾਰ ਕਰ ਦਿੰਦੇ ਸੀ ਮਾੜਾ ਮੋਟਾ ਐਂ ਬਾਕੀ ਐਂ ਕਰ ਦਿੰਦਾ ਸੀ ਉਹਨੂੰ ਐਂ ਪਤਾ ਸੀ ਇਹਦੇ ਭਰਾ ਬੋਲਦੇ ਨਹੀਂ ਹੁਣ ਅਸੀਂ ਇਸ ਟਾਈਮ ਅਸੀਂ ਇਹ ਆਪਦੇ ਭਰਾ ਦੀ ਸਪੋਰਟ ਆ ਹੁਣ ਕਰਦੇ ਖੁਦ ਅਤੇ ਹੁਣ ਅਸੀਂ ਇਸ ਥਾਂ ਦਾ ਖੁਦ ਆਪ ਕਬਜ਼ਾ ਲਵਾਂਗੇ ਵੀ ਸਾਡੇ ਜਦੋਂ 25 ਸਾਲ ਦਾ ਅਸੀਂ ਰੁਪਈਏ ਭਰੀ ਬੈਠਾ ਸਾਡਾ ਭਰਾ ਅਤੇ ਅੱਜ 10 ਨੂੰ 10 ਘਰੋਂ ਬਾਹਰ ਕੱਢਦੇ ਆ
की ये असी तो इंसाफ चाहिए सानू। पुलिस प्रशासन भी देखो कदों की यह दुर्घटना हुई है तो कुछ कोई कोई यदा कुछ ही होगा दसो कोई पिंड जो सरपंच कोई तलाह वगैरह दी सरपंच जो तलाह दी है ठीक है मदद पूर करता वो बाहर है वो नहीं आ सकया साढ़े जो कोई मैंबर आ साडा कोई वह भी वो साड़ी पूरी वधिया सपोर्ट करता पर असी यह कहने सू इंसाफ मिलना चाहिए। आह एक घर नहीं गाई ये कई घर है ये कई घर तंग करता बंदा किसी पही से कराह मारदा कि हल मारदा उ बंदा दबा पाई बैठा है कुछ कुछ गंदे पिले बंदे लिया के नशेई बंदे कल इन्होंने पहले ऊँ धमका के वैसे गड्डी ऐन नगा गया ऐन नगा गया ऐ धमकाया असी नहीं कि सानू ये गल का पता लग गया ना ये असी काम हो ही नहीं देंगे चाहे तो मर जाते चाहे मार देंगे जो घर ही टेक गया जी फिर रह गई पले गया तुम दसो पुलिस प्रशासन ने कोई कार्रवाई की थी के नहीं पुलिस प्रशासन आप पता है नहीं सी वो आई है की पता नहीं कि मैंबर साहब नूं पता कि उन्होंने क्या हैगा तो पास पुलिस प्रशासन मूहरे ये भी बेनती करा भी हक सच होना चाहिए जो चार बंदे गवाह है पैसे दिता ने इंसाफ होना चाहिए जी इन्नी कहिंदे वाहिगुरु जी का खालसा वाहिगुरु जी की फतह। सर धूरकोट के ट्रैक्टर के हल मगर हल पा के घर में ढाने का मामला सामने आया कि मामला जी पूरा की दरखास्त की कार्रवाई अज एक शिकायत राज सिंह वासी पिंड धूरकोट बरखिलाफ कुलवीर सिंह पुत्र हरनेक सिंह उसके दो लड़के वासी पिंड धूरकोट इन्होंने विरुद्ध मेरे को शिकायत पहुंची है कि उन्होंने जोड़ा मकान है उन्होंने ढाया है और गाली गलोच की है जिस संबंधी मैं मौका जाके देखा तो अगली जल्दी ही कानूनी कार्रवाई जी अमल में लिया जा रही है। सर कोई जे जिन्होंने मकान ढाया जिन्हें जिन्हों के खिलाफ शिकायत आई है कोई उन्होंने कोई पकड़िया कोई हजे सामने आया कोई कोई संद वगैरह कोई कब्जे किया गया फिलहाल जी मौके से असी पड़ताल की है और बंदे जोड़े है अपने घर भी नहीं हाजिर मिले जी पड़ताल जी ढंगाई ना करके असी अगली कार्रवाई अपने लियावे। बिल्कुल सच ज्योतिष एक विद्या एक साइंस एस्ट्रोलॉजर बाबा धर्मिंदर जी जी का सारी दुनिया नु खुला चैलेंज कि तुसी जिंदगी दे किसी भी समस्या तो परेशान हो कि तुहाडे व्याह विच हो रही है देरी कि तुसी संतान सुख तो वांझे हो कि तुहानू तुहाडा मन चाहिया प्यार नहीं मिल रहा कि तुसी लाउणा चाहुंदे हो लॉटरी का सही नंबर कि तुहानू नौकरी नहीं मिल रही कि तुहाडा वीजा नहीं लग रहा कि तुसी विदेश च पक्का होना चाहुंदे हो धन की कमी बीमारी तो परेशानी घर बैठे बिठाए ही किया जाएगा तुहाडी समस्या का समाधान फीस कम होने तो बाद इन्हां सारियां समस्यावां दे पक्के हल्ले एक बार जरूर मिलो एस्ट्रोलॉजर बाबा धर्मिंदर जी जी नूं जो करदे ने मुफ्त सेवा मुफ्त समाधान।